ਜੇ ਆਪਾਂ ਗੱਲ ਕਰੀਏ ਇਸ ਟਾਈਮ ਜਿਹੜਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਮੁੱਦਾ ਹੈਗਾ ਉਹ ਇਸ ਟਾਈਮ ਕਾਫੀ ਪੱਕਿਆ ਹੋਇਆ ਹੈ ਅਤੇ ਦਰਸ਼ਕਾਂ ਨੂੰ ਦੱਸਦੇ ਚਲੀਏ ਕਿ ਇਸ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਭਾਰਤ ਦੇ ਨਵੇਂ ਗ੍ਰਹਿ ਮੰਤਰੀ ਬਣੇ ਨੇ ਅਮਿਤ ਸ਼ਾਹ, ਉਹਨਾਂ ਵੱਲ ਇੱਕ ਮੰਗ ਕੀਤੀ ਜਾਂਦੀ ਹੈ, ਉਹਨਾਂ ਕੋਲ ਜਾ ਕੇ ਇਹ ਮੰਗ ਰੱਖੀ ਜਾਂਦੀ ਹੈ ਕਿ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਜੋ ਭਾਰਤੀ ਫੌਜ ਦੇ ਵੱਲੋਂ ਲੁੱਟਿਆ ਗਿਆ ਸੀ, ਉਹਨਾਂ ਵੱਲੋਂ ਲੈ ਕੇ ਜਾਇਆ ਗਿਆ ਸੀ, ਉਸ ਨੂੰ ਜਿਹੜਾ ਹੈ ਵਾਪਸ ਕੀਤਾ ਜਾਵੇ। ਸਮੇਂ ਸਮੇਂ 'ਤੇ ਜਿਹੜੀ ਮੰਗ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁੰਦੀ ਰਹੀ ਹੈ ਇਸ ਬਾਰੇ, ਕਈ ਉੱਧਰੋਂ ਗੱਲਾਂ ਬਾਤਾਂ ਵੀ ਆਉਂਦੀਆਂ ਰਹੀਆਂ ਨੇ। ਈਵਨ ਕਿ ਸਤਨਾਮ ਸਿੰਘ ਹੁਣਾਂ ਵੱਲੋਂ ਜਿਹੜਾ ਹੈ ਕੇਸ ਵੀ ਜਿਹੜਾ ਹੈ 2001-2002 ਦੇ ਦੌਰਾਨ ਪਾਇਆ ਗਿਆ ਸੀ, ਜਿਸ ਦੇ ਵਿੱਚ CBI ਨੇ ਕਿਹਾ ਸੀ ਕਿ ਸਾਡੇ ਕੋਲ ਕੋਈ ਸਮਾਨ ਨਹੀਂ ਹੈ। ਅਤੇ ਇਸ ਤੋਂ ਬਾਅਦ ਅਮਿਤ ਸ਼ਾਹ ਹੁਣਾਂ ਨੇ ਉਹਨਾਂ ਨੇ ਕਿਹਾ ਕਿ ਜੋ ਸਾਡੇ ਕੋਲ ਰਿਪੋਰਟਾਂ ਨੇ ਉਹਨਾਂ ਦੇ ਮੁਤਾਬਕ ਜਿਹੜਾ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਜਿਹੜਾ ਸਮਾਨ ਹੈ ਉਹ ਵਾਪਸ ਕਰ ਦਿੱਤਾ ਗਿਆ ਹੈ, ਤੁਹਾਡਾ ਕਿਹੜਾ ਸਮਾਨ ਮਿਸਿੰਗ ਹੈ ਉਸ ਦੀ ਜਿਹੜੀ ਹੈ ਲਿਸਟ ਬਣਾ ਕੇ ਸਾਨੂੰ ਜਿਹੜੀ ਹੈ ਦਿੱਤੀ ਜਾਵੇ। ਅਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਲੈ ਕੇ ਕਾਫੀ ਸਾਰਾ ਜਿਹੜਾ ਪ੍ਰੈਸ ਕਾਨਫਰੰਸ ਮਨਜੀਤ ਸਿੰਘ GK ਵੱਲੋਂ ਵੀ ਹੋਈ, ਹੋਰ ਵੀ ਬਹੁਤ ਕੁਝ ਹੋਇਆ, ਉਹ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ। ਅਤੇ ਅਵਤਾਰ ਸਿੰਘ ਜੀ, ਕੀ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਜੀ ਅਸੀਂ ਇੱਕ ਤਰ੍ਹਾਂ ਨਾਲ ਸਵਾਗਤ ਕਰਦੇ ਹਾਂ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੱਖ ਪੰਥ ਦਾ ਇੱਕ ਜਿਹੜਾ ਅਹਿਮ ਮੁੱਦਾ ਹੈਗਾ ਉਹ ਭਾਰਤ ਦੇ ਨਵੇਂ ਗ੍ਰਹਿ ਮੰਤਰੀ ਨਾਲ ਚੁੱਕਿਆ ਹੋਇਆ ਜੀ, ਕਿਉਂਕਿ ਇਹ ਸਾਰੀ ਜ਼ਿੰਮੇਵਾਰੀ ਅਸਲ 'ਚ ਅਸੀਂ ਸਮਝਦੇ ਹਾਂ ਵੀ ਅਕਾਲੀ ਦਲ ਦੀ ਹੀ ਬਣਦੀ ਹੈ। 1984 ਤੋਂ ਪਹਿਲਾਂ ਅਕਾਲੀ ਦਲ ਹੀ ਸਿੱਖਾਂ ਦੀ ਇੱਕ ਨੁਮਾਇੰਦਾ ਜਥੇਬੰਦੀ ਸੀ, ਉਹਦੀ ਅਗਵਾਈ ਹੇਠ ਹੀ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਉਸ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸਨ ਅਤੇ ਬਕਾਲੇ ਅਕਾਲੀ ਲੀਡਰਸ਼ਿਪ ਆ ਜਿਹੜੀ ਉਹਨਾਂ ਦੇ ਨਾਲ ਖੜੀ ਸੀ, ਹੈ ਨਾ। ਸੋ ਸਿੱਖਾਂ ਦੇ ਇੱਕ ਨੁਮਾਇੰਦਾ ਜਥੇਬੰਦੀ ਹੋਣ ਦੇ ਨਾਤੇ 1984 ਵਿੱਚ ਜੋ ਕੁਝ ਵਾਪਰਿਆ ਆ ਉਹ ਤੋਂ ਬਾਅਦ ਜੋ ਘਟਨਾਵਾਂ ਹੋਈਆਂ ਨੇ, ਪੋਲੀਟੀਕਲੀ ਅਸੀਂ ਸਮਝਦੇ ਹਾਂ ਵੀ ਅਕਾਲੀ ਦਲ ਇੱਕ ਤਰ੍ਹਾਂ ਨਾਲ ਜ਼ਿੰਮੇਵਾਰ ਧਿਰ ਹੈ, ਉਹਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਇੱਕ ਸਿੱਖਾਂ ਨੇ ਇੱਕ ਹੱਕ ਦਿੱਤਾ ਹੋਇਆ ਸੀ, ਔਰ ਸਿੱਖ ਮਸਲਿਆਂ ਨੂੰ ਉਠਾਉਣ ਦਾ ਜਿਹੜਾ ਇੱਕ ਜ਼ਿੰਮੇਵਾਰੀ ਹੈ ਉਹ ਸ਼੍ਰੋਮਣੀ ਅਕਾਲੀ ਦਲ 'ਤੇ ਹੀ ਬਣਦੀ ਹੈ। ਈਵਨ ਪਿਛਲੇ ਦਿਨੀ ਸੀਨੀਅਰ ਪੱਤਰਕਾਰ ਆ ਇੰਡੀਅਨ ਐਕਸਪ੍ਰੈਸ ਦੇ ਸਰਦਾਰ ਜਗਤਾਰ ਸਿੰਘ, ਉਹਨਾਂ ਦੀ ਇੱਕ ਮੈਂ ਇੰਟਰਵਿਊ ਸੁਣੀ ਹੈਗੀ ਆ, ਉਹ ਕਹਿੰਦੇ ਵੀ 26 ਮਈ ਨੂੰ ਉਹਨਾਂ ਨੇ ਸੰਤ ਜਰਨੈਲ ਸਿੰਘ ਨਾਲ ਆਖਰੀ ਮੁਲਾਕਾਤ ਕੀਤੀ ਆ ਜੀ, ਵੀ ਜਿਹੜਾ 1984 ਚ, ਤੇ ਉਹ ਕਹਿੰਦੇ ਵੀ ਉਸ ਵੇਲੇ ਸੰਤ ਜਰਨੈਲ ਸਿੰਘ ਵੀ ਇਹੀ ਕਹਿ ਰਹੇ ਸੀਗੇ ਵੀ ਸਾਡਾ ਕੋਈ ਝਗੜਾ ਨਹੀਂ, ਵੀ ਜਿਹੜਾ ਧਰਮ ਯੁੱਧ ਮੋਰਚਾ ਉਹ ਅਕਾਲੀ ਦਲ ਨੇ ਲਾਇਆ ਹੋਇਆ ਹੈਗਾ, ਵੀ ਅਸੀਂ ਕੋਈ ਵੀ ਜੰਗ ਕਰਨ ਦੇ ਹੱਕ 'ਚ ਨਹੀਂ ਹੈਗੇ, ਕਿਸੇ ਨਾਲ ਲੜਾਈ ਕਰਨ ਦੇ ਹੱਕ 'ਚ ਨਹੀਂ ਹੈਗੇ, ਵੀ ਅਸੀਂ ਤਾਂ ਚਾਹੁੰਦੇ ਹਾਂ ਵੀ ਸਰਕਾਰ ਅਕਾਲੀ ਦਲ ਨਾਲ ਕੋਈ ਸਨਮਾਨਯੋਗ ਸਮਝੌਤਾ ਕਰ ਲਵੇ, ਵੀ ਜੋ ਅਕਾਲੀ ਦਲ ਦੀਆਂ ਮੰਗਾਂ ਨੇ, ਵੀ ਅਸੀਂ ਤਾਂ ਕੋਈ ਪਾਰਟੀ ਨਹੀਂ ਹੈਗੇ, ਪੋਲੀਟੀਕਲੀ ਤਾਂ ਅਕਾਲੀ ਦਲ ਹੀ ਪਾਰਟੀ ਹੈ, ਸਾਡੀ ਤਾਂ ਇਹ ਮੰਗ ਹੈ ਵੀ ਸਾਡੇ ਜਿਹੜੇ ਬੰਦੇ ਕੁਛ ਫੜੇ ਹੋਏ ਨੇ 20-25 ਉਹ ਛੱਡ ਦਿੱਤੇ ਜਾਣ, ਮੈਂ ਇੱਥੋਂ ਛੱਡ ਕੇ ਮੈਂ ਤਾਂ ਚੌਂਕ ਚਲਿਆ ਜਾਵਾਂਗਾ। ਅਤੇ ਇਹ ਗੱਲ ਉਹ ਤੋਂ ਬਾਅਦ ਉਹ ਕਹਿੰਦੇ ਹੈਗੇ ਆ ਵੀ ਫਿਰ ਉਹਨਾਂ ਨੇ ਕਿਸੇ ਜਦੋਂ ਘਟਨਾ ਸਾਰਾ ਘਟਨਾਕ੍ਰਮ ਵਾਪਰ ਗਿਆ ਨਾ 1984 ਦਾ, ਉਹ ਕਹਿੰਦੇ ਉਹ ਤੋਂ ਬਾਅਦ ਮੈਂ ਸਰਕਾਰ ਦੇ ਕਿਸੇ ਵੱਡੇ ਲੀਡਰ ਨਾਲ ਗੱਲ ਕੀਤੀ ਕਾਂਗਰਸ ਦੇ ਨਾਲ, ਉਹ ਕਹਿੰਦਾ ਵੀ 26 ਤਰੀਕ ਤੋਂ ਬਾਅਦ 27 ਨੂੰ ਦੁਬਾਰਾ ਇੰਦਰਾ ਗਾਂਧੀ ਨੇ ਸਾਨੂੰ ਭੇਜਿਆ ਸੀ ਉੱਥੇ, ਹੈ ਨਾ, ਵੀ ਸੰਤ ਜੀ ਨਾਲ ਗੱਲ ਕਰਨ ਲਈ, ਤੇ 27 ਤਰੀਕ ਨੂੰ ਉਹਨਾਂ ਦੀ ਸਾਰੀ ਜਿਹੜੀ ਸਟੇਟਮੈਂਟ ਆ ਉਹ ਟੇਪ ਰਿਕਾਰਡ ਕੀਤੀ ਗਈ ਜੀ, ਹੈ ਨਾ, ਸੰਤ ਜੀ ਦੀ, ਔਰ ਸੰਤ ਜੀ ਨੇ ਇਹੀ ਗੱਲ ਕਹੀ ਸੀ 27 ਤਰੀਕ ਨੂੰ ਵੀ ਅਸੀਂ ਕੋਈ ਲੜਾਈ ਕਰਨ ਦੇ ਹੱਕ 'ਚ ਨਹੀਂ ਹੈਗੇ, ਵੀ ਤੁਸੀਂ ਅਕਾਲੀ ਦਲ ਦੀ ਇੱਕ ਧਰਮ ਯੁੱਧ ਮੋਰਚੇ ਆ, ਡੈਮੋਕ੍ਰੇਟਿਕ ਲੜਾਈ ਹੋਈ ਹੋਈ ਆ, ਹੈ ਨਾ, ਵੀ ਉਹਨਾਂ ਦੇ ਕੁਛ ਉਹ ਹੈਗੇ ਨੇ ਵੀ ਕੰਸਰਨ ਨੇ ਸਿੱਖਾਂ ਪ੍ਰਤੀ, ਵੀ ਤੁਸੀਂ ਉਸ ਮਾਮਲੇ ਤੇ ਅਕਾਲੀ ਦਲ ਨਾਲ ਕੋਈ ਸਨਮਾਨਯੋਗ ਸਮਝੌਤਾ ਕਰੋ, ਸਾਡੇ ਨਾਲ ਕੋਈ ਸਮਝੌਤਾ ਕਰਨ ਦੀ ਲੋੜ ਨਹੀਂ, ਸਾਡੇ ਤੇ ਹੈਗੇ ਵੀ ਕੁਛ ਬੰਦੇ ਗ੍ਰਿਫਤਾਰ ਹੋਏ ਹੋਏ ਨੇ, ਪੋਲੀਟੀਕਲ ਸਰਕਾਰ ਉਹਨਾਂ ਦੀ ਰਿਹਾਈ ਦਾ ਜਾਂ ਉਹਨਾਂ ਦੀਆਂ ਜ਼ਮਾਨਤਾਂ ਦਾ ਜਾਂ ਜੋ ਵੀ ਹੈ ਜਿਹੜਾ ਸਨਮਾਨਯੋਗ ਹੈ ਵੀ ਉਹ ਕਰ ਲਿਆ ਜਾਵੇ, ਹੈ ਨਾ। ਇਸ ਲਈ ਜਦੋਂ ਆਪਾਂ ਦੇਖਦੇ ਵੀ ਈਵਨ ਸੰਤ ਜਰਨੈਲ ਸਿੰਘ ਵੀ ਇਹ ਮੰਨ ਰਹੇ ਸੀ ਵੀ ਅਕਾਲੀ ਦਲ ਹੀ ਇੱਕ ਨੁਮਾਇੰਦਾ ਜਮਾਤ ਹੈਗੀ ਆ ਜਿਹੜੀ ਸਿੱਖਾਂ ਦੇ ਮਸਲਿਆਂ ਤੇ ਇੱਕ ਡੈਮੋਕ੍ਰੇਟਿਕਲੀ ਜੰਗ ਲੜ ਰਹੀ ਹੈਗੀ ਆ, ਸੋ ਅਕਾਲੀ ਦਲ ਨਾਲ ਹੀ ਕੋਈ ਸਮਝੌਤਾ ਹੋਣਾ ਚਾਹੀਦਾ। ਹੁਣ ਵੀ ਜੇ ਸਰਦਾਰ ਸੁਖਬੀਰ ਸਿੰਘ ਨੇ ਚਾਹੇ ਦੇਰ ਆਏ ਦਰੁਸਤ ਆਏ, ਯਾਨੀ ਉਹਨਾਂ ਪੈੜਾਂ 'ਤੇ ਚੱਲਦਿਆਂ ਜੀ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਅਮਿਤ ਸ਼ਾਹ ਤੋਂ ਜਿਹੜੇ ਨਵੇਂ ਗ੍ਰਹਿ ਮੰਤਰੀ ਬਣੇ ਹੈਗੇ ਆ ਵੀ ਉਹਨਾਂ ਤੋਂ ਮੰਗ ਕੀਤੀ ਹੈਗੀ ਆ ਵੀ ਸਾਡਾ ਜੋ ਕੁਛ ਵੀ ਪਿੱਛੇ ਰਹਿੰਦਾ ਹੈਗਾ ਜਿੰਨੇ ਕੁ ਦਸਤਾਵੇਜ਼ ਵੀ ਜੇ ਉਹ ਵਾਪਸ ਕਰ ਦਿੱਤੇ ਜਾਣ ਤਾਂ ਉਹਦੇ ਬਾਰੇ ਆ ਜਿਹੜੀ ਅੱਗੇ ਗੱਲ, ਇਹ ਸਵਾਗਤਯੋਗ ਹੈ ਸਰਦਾਰ ਸੁਖਬੀਰ ਸਿੰਘ ਦਾ, ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਦੁਬਾਰਾ ਚਾਹੇ ਆਪਣੇ ਰਾਜਨੀਤਿਕ ਗਿਣਤੀਆਂ ਮਿਣਤੀਆਂ 'ਚੋਂ ਆਏ ਆ, ਪੰਥਕ ਜਿਹੜੇ ਮੁੱਦੇ ਆ ਉਹ ਉਠਾਉਣ ਦਾ ਉਹਨਾਂ ਨੇ ਕਦਮ ਚੁੱਕਿਆ ਹੈਗਾ ਅਤੇ ਅਸੀਂ ਇਹਦਾ ਸਵਾਗਤ ਕਰਦੇ ਹਾਂ। ਅਤੇ ਮੁੜ ਕੇ ਜਿਹੜਾ ਗ੍ਰਹਿ ਮੰਤਰੀ ਵੱਲੋਂ 2-3 ਦਿਨਾਂ ਬਾਅਦ ਇਹ ਆਇਆ ਹੈਗਾ ਵੀ ਸਾਡੇ ਹਿਸਾਬ ਨਾਲ ਜਿੰਨਾ ਕੁ ਸਾਡੇ ਕੋਲ ਸਮਾਨ ਸੀਗਾ ਉਹ ਅਸੀਂ ਵਾਪਸ ਕਰ ਦਿੱਤਾ, ਪਰ ਹੁਣ ਤੁਸੀਂ ਦੱਸੋ ਵੀ ਤੁਹਾਡਾ ਕੀ ਗੁੰਮ ਹੈਗਾ। ਹੁਣ ਉਸ ਚੱਕਰ 'ਚੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਅਸੀਂ ਸਮਝਦੇ ਹਾਂ ਇੱਕ ਕਸੂਤੀ ਸਥਿਤੀ ਵਿੱਚ ਹੈਗੀ ਆ,
ਇੱਕ ਤਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਹੋ ਸਕਦਾ ਵੀ ਰਿਕਾਰਡ ਮੇਨਟੇਨਡ ਨਹੀਂ ਹੈ ਉਹਨਾਂ ਕੋਲ, ਹੈ ਨਾ, ਵੀ ਇਹ ਹੈਗਾ ਵੀ ਸਰਕਾਰ ਨੇ ਕਾਫੀ ਕੁਛ ਵਾਪਸ ਕਰਿਆ, ਆਪਾਂ ਇਹ ਨਹੀਂ ਕਹਿ ਸਕਦੇ ਕੁਛ ਵਾਪਸ ਨਹੀਂ ਹੋਇਆ। ਉਹਦੇ 'ਚੋਂ ਜਿਹੜੇ ਤਤਕਾਲੀ ਸਕੱਤਰ ਸੀਗੇ ਸ਼੍ਰੋਮਣੀ ਕਮੇਟੀ ਦੇ ਸਰਦਾਰ ਭਾਨ ਸਿੰਘ, ਉਹਨਾਂ ਨੇ ਰਿਸੀਵ ਕੀਤਾ ਮੇਰੇ ਖਿਆਲ 108 ਬੋਰੀਆਂ, ਸ਼ਾਇਦ ਦੱਸਿਆ ਜਾਂਦਾ ਵੀ ਗਿਣਤੀ ਮਾੜੀ ਮੋਟੀ ਅੱਗੇ ਪਿੱਛੇ ਹੋ ਸਕਦੀ ਹੈ, 108, 9, 10 ਜੋ ਵੀ ਕੁਛ ਹੋ ਸਕਦਾ, ਜਿਹੜੀ 108 ਦੀ ਇਸ ਵੇਲੇ ਆ ਰਹੀ ਹੈ ਵੀ ਉਹ ਬੋਰੀਆਂ ਨੇ ਵਾਪਸ ਕੀਤੀਆਂ, ਲਾਇਬ੍ਰੇਰੀ ਦੀਆਂ ਕਿਤਾਬਾਂ ਜਾਂ ਹੋਰ ਜੋ ਕੁਛ ਵੀ ਸੀਗਾ। CBI ਨੇ ਜਸਟ ਕੇਸ ਪ੍ਰੋਪਰਟੀ ਲਈ ਕੁਛ ਉਹਨਾਂ ਨੂੰ ਡਾਕੂਮੈਂਟਸ ਚਾਹੀਦੇ ਸੀ ਵੀ ਜਿਹੜੇ ਉਹ ਵੀ ਦੇਸ਼ ਧਰੋਹੀ ਸਡੀਸ਼ਨ ਦਾ ਕੇਸ ਜਿਹੜਾ ਉਹਨਾਂ ਨੇ ਪਾਉਣਾ ਸੀ 84 ਦਾ, ਨਾ ਵੀ ਉਹਦੇ 'ਚੋਂ ਹੁਣ ਸਾਰਾ ਕੁਛ ਤਾਂ ਸਡੀਸ਼ਨ 'ਚ ਨਹੀਂ ਸੀ ਆਉਂਦਾ ਵੀ ਆਮ ਜਿਹੜੀਆਂ ਸਿੰਘ ਬ੍ਰਦਰਸ ਨੇ ਕਿਤਾਬਾਂ ਛਾਪੀਆਂ ਹੋਈਆਂ ਲਾਇਬ੍ਰੇਰੀ 'ਚ ਰੱਖੀਆਂ ਹੋਈਆਂ ਵੀ ਕੋਈ ਪੜ੍ਹ ਲੈਂਦਾ ਆਖੇ, ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਜਾਂ ਮਤਲਬ ਕਿ ਸਿੱਖਾਂ ਪਰ ਜੋ ਵੀ ਸੀਗਾ ਉਹਦਾ ਕੇਸ ਪ੍ਰੋਪਰਟੀ ਨਾਲ ਕੋਈ ਸੰਬੰਧ ਨਹੀਂ ਸੀ। ਸੋ ਉਹ ਸਾਨੂੰ ਲੱਗਦਾ ਵੀ ਕਾਫੀ ਕੁਛ ਵਾਪਸ ਹੋਇਆ, ਪਰ ਕੀ ਸਾਰਾ ਕੁਛ ਵਾਪਸ ਹੋ ਗਿਆ ਜਾਂ ਨਹੀਂ ਹੋ ਗਿਆ ਇਹਦੇ ਬਾਰੇ ਭੰਬਲਭੂਸ ਹੈ। ਉਹਦੇ 'ਚੋਂ ਹੁਣ ਇਹ ਹੈਗਾ ਵੀ ਇਹਦੀਆਂ ਕਾਫੀ ਫਰੈਕਸ਼ਨਸ ਨੇ, ਜਦੋਂ ਆਹ ਪਏ ਦੇਖੀਏ ਇਹ ਦੇਖੋ ਵੀ 1984 ਦੇ ਉਹ ਉਸ ਘਟਨਾਕ੍ਰਮ ਵੇਲੇ ਲਾਇਬ੍ਰੇਰੀ ਨੂੰ ਅੱਗ ਲਾਈ ਦੱਸੀ ਜਾਂਦੀ ਹੈ, ਲੱਗੀ ਜਾਂ ਲਾਈ ਜੋ ਵੀ ਹੈ, ਹੈ ਨਾ। ਇਹਦੇ 'ਚੋਂ ਹੁਣ ਇਹ ਆ ਰਿਹਾ ਵੀ ਜਾਣਬੁੱਝ ਕੇ ਲਾਈ ਗਈ, ਪਰ ਜਦੋਂ ਆਪਾਂ ਇਹ ਦੇਖਦੇ ਹਾਂ ਨਾ ਵੀ ਜਦੋਂ ਜੰਗ ਲੱਗੀ ਹੋਵੇ, ਇੱਕ ਲੜਾਈ ਦਾ ਮਾਹੌਲ ਹੋਵੇ, ਦੋਵੇਂ ਪਾਸੇ ਗੋਲੀਆਂ ਚੱਲਦੀਆਂ ਹੋਣ, ਜਿਹੜਾ ਫੌਜੀ ਪੁਆਇੰਟ ਆਫ ਵਿਊ ਨਾਲ ਕਿਸੇ ਵੀ ਜਰਨੈਲ ਨੂੰ ਜਾਂ ਫੌਜੀ ਨੂੰ ਇਹ ਹੁੰਦਾ ਵੀ ਇਸ ਜਿਹੜਾ ਬੰਦ ਕਮਰਾ ਪਿਆ ਇੱਥੋਂ ਸਾਡੇ 'ਤੇ ਕੋਈ ਫਾਇਰ ਨਾ ਆਉਂਦਾ ਹੋਵੇ, ਉਹਨਾਂ ਨੇ ਮੇਰੇ ਖਿਆਲ ਉਸ ਚੱਕਰ 'ਚੋਂ ਇਹ ਕਰਨ ਲਈ ਵੀ ਹਾਂ ਵੀ ਅਸੀਂ ਆਪਣਾ ਨੁਕਸਾਨ ਬਚਾਉਣ ਲਈ ਉਹ ਲਾਇਬ੍ਰੇਰੀ 'ਚ ਵੀ ਬੰਬ ਸੁੱਟੇ, ਹੈ ਨਾ, ਉੱਥੇ ਬਹੁਤ ਕੁਛ ਨੁਕਸਾਨਿਆ ਗਿਆ। ਇਹ ਹੁਣ ਹੋ ਸਕਦਾ ਵੀ ਡੈਲੀਬਰੇਟਲੀ ਵੀ ਸੁੱਟਿਆ ਹੋਵੇ ਜਾਂ ਉਹਨਾਂ ਨੇ ਆਪਣੀ ਸੁਰੱਖਿਆ ਵਜੋਂ ਸੁੱਟਿਆ, ਹੁਣ ਇਹਦੇ 'ਚ ਵਕਤ ਦੇ ਫੌਜੀ ਆਫਿਸਰ ਨੇ ਕਿੱਦਾਂ ਫੈਸਲਾ ਲਿਆ ਇਹ ਤਾਂ ਉਹ ਹੀ ਦੱਸ ਸਕਦਾ, ਹੈ ਨਾ, ਵੀ ਉਹਨਾਂ ਨੇ ਜਾਣਬੁੱਝ ਕੇ ਲਾਇਬ੍ਰੇਰੀ ਨੂੰ ਨੁਕਸਾਨ ਕਰਨ ਲਈ, ਹੈ ਨਾ, ਤੇ ਹੁਣ ਜਾਣਬੁੱਝ ਕੇ ਤਾਂ ਉਹਨਾਂ ਨੇ ਕਤਲੇਆਮ ਵੀ ਕਿੰਨਾ ਹੋਇਆ, ਤੇ ਆਪਾਂ ਇਹ ਵੀ ਨਹੀਂ ਡਿਨਾਈ ਕਰ ਸਕਦੇ ਵੀ ਜਾਣਬੁੱਝ ਕੇ ਉਹਨਾਂ ਨੇ ਨਾ ਕੀਤਾ ਹੋਵੇ, ਜਾਣਬੁੱਝ ਕੇ ਵੀ ਕੀਤਾ ਹੋ ਸਕਦਾ, ਹੈ ਨਾ, ਵੀ ਦੋਵੇਂ ਪਾਸੇ ਇਹ ਟ੍ਰੈਂਡ ਹੋ ਸਕਦਾ। ਉਹਦੇ 'ਚੋਂ ਬਹੁਤ ਕੁਛ ਸੜ ਗਿਆ, ਬਹੁਤ ਕੁਛ ਚੁੱਕਿਆ ਗਿਆ, ਹੁਣ ਕਿੰਨਾ ਕੁਛ ਸੜ ਗਿਆ ਤੇ ਕਿੰਨਾ ਕੁਛ ਬਚ ਗਿਆ ਇਹਦਾ ਹੁਣ ਬੈਲੈਂਸ ਜਿਹੜਾ ਪੇਪਰ ਸ਼ੀਟ ਆ ਉਹ ਕਿਹਦੇ ਕੋਲ ਆ, ਉਹ ਤਾਂ ਜਾਂ ਸਰਕਾਰ ਕੋਲ ਹੋਣੀ ਚਾਹੀਦੀ ਆ, ਕਿਉਂਕਿ ਸਰਕਾਰ ਕੋਲ ਐਗਜੈਕਟ ਜਿਹੜੀ ਹੈਗੀ ਇਨਫੋਰਮੇਸ਼ਨ 1984 ਤੋਂ ਪਹਿਲਾਂ ਤਾਂ ਕੁਛ ਨਹੀਂ ਸੀ ਵੀ ਲਾਇਬ੍ਰੇਰੀ 'ਚ ਕੀ ਕੀ ਹੈਗਾ, ਕਿਉਂਕਿ ਸਰਕਾਰ ਉਹਦੇ ਵਿੱਚ ਇਸ ਤਰ੍ਹਾਂ ਤਾਂ ਇਨਵੋਲਵਡ ਨਹੀਂ ਸੀ। ਉਹ ਬਕਾਇਦਾ ਜਿਹੜਾ ਹੈਗਾ ਸਿਸਟਮ ਆ ਉਹ ਸ਼੍ਰੋਮਣੀ ਕਮੇਟੀ ਕੋਲ ਹੋਣਾ ਚਾਹੀਦਾ। ਹੁਣ ਉਹ ਹੈਗਾ ਵੀ ਸ਼੍ਰੋਮਣੀ ਕਮੇਟੀ ਕੋਲ ਜਾਣਕਾਰੀ ਦੇ ਰਜਿਸਟਰ ਵੀ ਕਹਿੰਦੇ ਵੀ ਸੜ ਗਏ ਹੋ ਸਕਦੇ ਆ, ਹੁਣ ਇਹ ਪ੍ਰੋਬਲਮ ਕ੍ਰੀਏਟ ਹੋਈ ਆ ਵੀ ਜਿਹਨਾਂ ਰਜਿਸਟਰਾਂ ਤੇ ਲਿਖਿਆ ਹੋਇਆ ਸੀਗਾ ਵੀ ਸਾਡੇ ਕੋਲ ਕੀ ਕੁਛ ਹੈਗਾ, ਹੋ ਸਕਦਾ ਉਹ ਵੀ ਸੜ ਗਏ ਹੋਣ ਜਾਂ ਕੰਪਿਊਟਰਾਈਜ਼ਡ ਇਨਾ ਸਿਸਟਮ ਨਹੀਂ ਸੀਗਾ, ਹਾਂ ਵੀ ਜਾਂ ਸਰਕਾਰ ਨੇ ਉਹ ਲੁਕੋ ਲਏ ਹੋਣ ਜਾਂ ਰੱਖ ਲਏ, ਮਤਲਬ ਕਿ ਕੁਛ ਵੀ ਪੋਸੀਬਲ ਆ ਵੀ ਉਹ ਸੜੇ ਵੀ ਹੋ ਸਕਦੇ ਆ, ਨਹੀਂ ਵੀ ਹੋਰ ਸੜੇ ਹੋ ਸਕਦੇ ਵੀ ਸਰਕਾਰ ਕੋਲ ਵੀ ਹੋ ਸਕਦੇ ਆ। ਸਰਕਾਰ ਨੇ ਕਿਹੜਾ ਜਿੱਦਾਂ ਕਿ ਵੀ ਇਨਵੈਸਟੀਗੇਸ਼ਨ ਕਰਾਈ ਹੈਗੀ ਆ ਪ੍ਰੋਪਰ ਜਿਹੜਾ ਇਸ ਚੀਜ਼ ਦੀ ਵੀ ਇਸ ਤਰ੍ਹਾਂ ਹੁਣ ਇਹ ਮਸਲਾ ਕਾਫੀ ਜਿੱਦਾਂ ਕੰਪਲਿਕੇਟਡ ਆ, ਉਹਦੇ 'ਚੋਂ ਕਿੰਨਾ ਕੁਛ ਵਾਪਸ ਆ ਗਿਆ ਕਿੰਨਾ ਕੁਛ ਸਰਕਾਰ ਕੋਲ ਰਹਿੰਦਾ, ਇਹ ਤਾਂ ਦੋ ਗੱਲਾਂ ਨੇ ਵੀ ਜਾਂ ਸ਼੍ਰੋਮਣੀ ਕਮੇਟੀ ਕੋਲ ਕੋਈ ਹੁੰਦਾ ਜਾਂ ਸਰਕਾਰ ਸੱਚੇ ਦਿਲੋਂ ਆ ਜੇ ਉਹ ਵਾਪਸ ਕਰਨਾ ਚਾਹੁੰਦੀ ਆ, ਵੀ ਤਾਂ ਜਿਹੜੀ ਇਹ ਹੁਣ ਕੌਨਫਲਿਕਟ ਆ, ਹੈ ਨਾ, ਤੇ ਆਪਾਂ ਡਾਊਟ ਦਾ ਜਿਹੜਾ ਹੈਗਾ ਵੀ ਇੱਕ ਸ਼ੱਕ ਦਾ ਆਧਾਰ ਉਹ ਸ਼੍ਰੋਮਣੀ ਕਮੇਟੀ ਤੇ ਵੀ ਆਉਂਦਾ ਸਰਕਾਰ ਤੇ ਵੀ ਆਉਂਦਾ ਹੈਗਾ। ਤੇ ਅਬਦਾਸ ਸਿੰਘ ਜੀ ਕੁਛ ਅਖਬਾਰਾਂ ਦੇ ਜਿਹੜੇ ਲੱਗੇ ਹੈਗੇ ਆ ਉਹਨਾਂ ਨੇ ਲਗਾਇਆ ਕਿ ਇੰਨੇ ਪੌਂਡ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੀਆਂ ਬੀੜਾਂ ਹੈਗੀਆਂ ਜਾਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਤਖਤ ਵਾਲੀਆਂ ਬੀੜਾਂ ਉਹ ਬਾਹਰ ਜਿਹੜੀ ਹੈ ਬੀੜ ਵੇਚੀ ਗਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹਨੂੰ ਤੁਸੀਂ ਕਿੱਦਾਂ ਲਈ? ਹੁਣ ਫਿਰ ਆਪਾਂ ਇਸ ਗੱਲੋਂ ਵੀ ਹੁਣ ਆਪਾਂ ਸਰਕਾਰ ਨੂੰ ਸਾਰਾ ਦੋਸ਼ ਨਹੀਂ ਦੇ ਸਕਦੇ, ਇਹਦਾ ਮਤਲਬ ਸਰਕਾਰ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਵਾਪਸ ਆਈਆਂ ਜਿਹੜੀਆਂ ਸਾਡੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਨਾ ਵੀ ਪੂਰਾ ਸਤਿਗੁਰ ਕਿਆ ਕਰੇ ਜੋ ਸਿੱਖਰ ਮੈਂ ਚੂਕ, ਹੁਣ ਇੱਥੇ ਇਹ ਹੁੰਦਾ ਵੀ ਕਹਿੰਦਾ ਵੀ ਉਸ ਵੇਲੇ ਦੇ ਕਿਸੇ ਧਾਰਮਿਕ ਲੀਡਰ ਜਾਂ ਈਵਨ ਤਖ਼ਤ ਦੇ ਕਿਸੇ ਜਥੇਦਾਰ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਸਖਤਾਂ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜਾਂ ਜੱਸਾ ਸਿੰਘ ਰਾਮਗੜੀਆ ਉਹਨਾਂ ਦੇ ਟਾਈਮ ਆ ਤੇ ਉਹਨਾਂ ਦੇ ਦਾਦਾ ਜੀ ਨੇ ਲਿਖਿਆ ਸੀਗਾ ਤੇ ਉਹ ਤੋਂ ਗੁਰੂ ਸਾਹਿਬ ਦੇ ਪੀਰੀਅਡ ਵੇਲੇ ਤੇ ਉੱਥੇ ਗੁਰੂ ਸਾਹਿਬ ਨੇ ਆਪਣੇ ਦਸਤਖਤ ਕੀਤੇ ਹੋਏ ਸੀਗੇ ਦਸਮ ਪਾਤਸ਼ਾਹ ਨੇ, ਉਹ ਦੱਸਿਆ ਜਾਂਦਾ ਵੀ 5 ਕਰੋੜ ਤੋਂ ਲੈ ਕੇ 12 ਕਰੋੜ ਤੱਕ ਕੋਈ ਇਸ ਤਰ੍ਹਾਂ ਦੇ ਰਕਮ, ਉਸ ਦੇ ਵਿੱਚ ਵੀ ਦੇਖਿਆ ਜਾਵੇ ਤੇ ਉਹ ਰਿਪੋਰਟ ਦੇ ਵਿੱਚ ਵੀ ਨਾਮ ਕੋਈ ਨਹੀਂ ਦੱਸਦੇ ਜਾਂ ਤਾਂ ਦੱਸਿਆ ਜਾਵੇ ਨਾ ਕਿ ਆਹ ਬੰਦੇ ਨੇ ਇੱਥੇ ਵੇਚਿਆ ਹੈਗਾ ਜਾਂ ਬੰਦਾ ਸਾਹਮਣੇ ਆ ਕੇ ਕਹੇ ਇਮਾਨਦਾਰੀ ਨਾਲ ਭਾਈ ਮੇਰੇ ਕੋਲ ਹੈਗਾ ਮਿਆਨ ਲਿਆ ਹੈਗਾ ਨਾ ਇਸ ਤਰ੍ਹਾਂ ਦਾ ਮਤਲਬ ਕੋਈ। ਹਾਂ ਇਹ ਹੁਣ ਦੇਖੋ ਨਾ ਇਹ ਇਸ ਸਵਾਲ 'ਚੋਂ ਬਹੁਤ ਸਾਰੇ ਅਗਲੇ ਸਵਾਲ ਨਿਕਲਦੇ ਹੈਗੇ ਆ, ਜਿਹੜਾ 1984 ਦਾ ਵਾਰ ਵਾਰ ਸਾਡੇ ਸਾਹਮਣੇ ਆ ਰਿਹਾ ਹੈਗਾ, ਹੈ ਨਾ, ਉਹਦੇ 'ਚੋਂ ਵੀ ਐਗਜੈਕਟ ਕੀ ਹੋਇਆ ਇਹਦੀ ਜਿਹੜੀ ਜਾਂ ਤਾਂ ਹੋਵੇ ਟਰੁੱਥ ਐਂਡ ਰੀਕੌਂਸੀਲੀਏਸ਼ਨ ਕਮਿਸ਼ਨ ਇੱਕ ਬਣੇ ਜਿੱਦਾਂ ਸਾਊਥ ਅਫਰੀਕਾ 'ਚ ਬਣਿਆ ਸੀ ਵੀ ਚਲੋ ਕਿਸੇ 'ਤੇ ਕੇਸ ਨਹੀਂ ਚੱਲੇਗਾ ਹੁਣ, ਪਰ ਜੋ ਕੁਛ ਹੋਇਆ ਦੋਵਾਂ ਧਿਰਾਂ ਵੱਲੋਂ ਸਰਕਾਰ ਵੱਲੋਂ ਵੀ ਅਤੇ ਅਕਾਲੀ ਦਲ ਦੇ ਪਾਸਿਓਂ ਵੀ ਜਾਂ ਜਿਹੜੀਆਂ ਧਿਰਾਂ ਇਨਵੋਲਵ ਸੀ ਉਹਨਾਂ ਵੱਲੋਂ ਇੱਕ ਐਗਜੈਕਟ
ਚਾਹੇ ਅਕਾਲ ਤਖ਼ਤ ਸਾਹਿਬ 'ਤੇ ਹੋਵੇ ਜਾਂ ਕਿਸੇ ਹੋਰ ਥਾਂ 'ਤੇ ਇੱਕ ਪ੍ਰੈਸ ਕਾਨਫਰੰਸ ਸਾਂਝੀ ਕਰਕੇ, ਹੈ ਨਾ, ਉਹ ਸਾਰਾ ਜਿਹੜਾ ਐਗਜੈਕਟ ਸਿਚੁਏਸ਼ਨ ਆ ਕੌਮ ਨੂੰ ਦੱਸਣੀ ਚਾਹੀਦੀ ਹੈ। ਅਸੀਂ ਸਮਝਦੇ ਹਾਂ ਵੀ ਹੁਣ ਬਹੁਤੀ ਅਕਾਲੀ ਲੀਡਰਸ਼ਿਪ 'ਚੋਂ ਜਿਹੜੀ ਸਰਕਾਰ ਨਾਲ ਉਸ ਵੇਲੇ ਇੰਟਰੈਕਟ ਕਰ ਰਹੀ ਸੀ ਉਹਦੇ ਜੇ ਦੋ ਬੰਦੇ ਬਚੇ ਰਹਿ ਗਏ ਆ, ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਦੂਜੇ ਸਰਦਾਰ ਰਵਿੰਦਰ ਸਿੰਘ। ਜਥੇਦਾਰ ਟੌੜਾ ਦੀ ਮੌਤ ਹੋ ਚੁੱਕੀ ਆ, ਸੁਰਜੀਤ ਸਿੰਘ ਬਰਨਾਲਾ ਦੀ ਮੌਤ ਹੋ ਚੁੱਕੀ ਆ, ਬਲਵੰਤ ਸਿੰਘ ਜਿਹੜਾ ਖਜ਼ਾਨਾ ਮੰਤਰੀ ਸੀ ਉਹਦੀ ਮੌਤ ਹੋ ਚੁੱਕੀ ਆ, ਜਾਂ ਪ੍ਰੇਮ ਸਿੰਘ ਲਾਲਪੁਰਾ ਉਹਨੇ ਜਿਹੜੇ ਇਹ ਇਹ ਟੀਮ ਸੀ ਇਹਨਾਂ ਦੀ ਮੌਤ ਹੋ ਚੁੱਕੀ ਆ ਜਿਸ ਤਰ੍ਹਾਂ, ਹੈ ਨਾ ਜੀ। ਵੀ ਹੁਣ ਦੋ ਬੰਦੇ ਨੇ ਇਹ ਜਿਹੜੇ ਜਿਹਨਾਂ ਨੂੰ ਐਗਜੈਕਟ ਪਤਾ ਹੋਇਆ ਸਾਰਾ ਕੁਛ ਆ ਵੀ ਕੀ ਕੁਛ ਹੋਇਆ, ਇਹਨਾਂ ਦਾ ਹੁਣ ਜੇ ਅਸੀਂ ਸਮਝਦੇ ਵੀ ਇਹਨਾਂ ਨੇ ਜੇ ਇਹ ਸਮਝਦੇ ਵੀ ਅਸੀਂ ਕੌਮ ਨਾਲ ਕੋਈ ਗਲਤ ਨਹੀਂ ਕੀਤਾ, ਵੀ ਕੌਮ ਦੇ ਵਿਰੋਧ ਵਿੱਚ ਨਹੀਂ ਭੁਗਤੇ, ਤਾਂ ਇਹਨਾਂ ਦੋਵਾਂ ਬੰਦਿਆਂ ਨੂੰ ਆਪਣੀ ਮੌਤ ਤੋਂ ਪਹਿਲਾਂ ਸਾਰਾ ਕੁਛ ਸੱਚ ਆ ਜਿਹੜਾ ਸਾਹਮਣੇ ਦੱਸਣਾ ਚਾਹੀਦਾ, ਤਾਂ ਕਿ ਇਤਿਹਾਸਕ ਤੌਰ 'ਤੇ ਇੱਕ ਵੱਡਾ ਭਾਰ ਆ ਜਿਹੜਾ ਕੌਮ ਤੋਂ ਲੈ ਜਾਵੇ। ਵੀ ਇੱਕ ਵੱਡੀ ਇੰਟਰਵਿਊ ਦੋਵਾਂ ਦੀ ਸਿੱਖ ਵਿਦਵਾਨਾਂ ਵੱਲੋਂ ਅਤੇ ਸਿੱਖ ਪੱਤਰਕਾਰਾਂ ਵੱਲੋਂ, ਜਿਹਨਾਂ 'ਚ ਹੋ ਸਕਦਾ ਵੀ ਸਰਦਾਰ ਅਜਮੇਰ ਸਿੰਘ, ਸਰਦਾਰ ਗੁਰਤੇਜ ਸਿੰਘ, ਸਰਦਾਰ ਜਗਤਾਰ ਸਿੰਘ ਪੱਤਰਕਾਰ, ਕਮਰ ਸੰਧੂ ਪੱਤਰਕਾਰ ਅਤੇ ਕਰਮਜੀਤ ਸਿੰਘ ਪੱਤਰਕਾਰ, ਜਿਹੜੇ ਜਿਹੜੇ ਮਤਲਬ ਕਿ ਸਾਰੇ ਘਟਨਾਕ੍ਰਮ ਨੂੰ ਜਾਣਦੇ ਆ, ਵੀ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਹੋਵੇ ਵੀ, ਤਾਂ ਕਿ ਇੱਕ ਡੈਮੋ ਜਿਹੜਾ ਹੈਗਾ ਵੀ ਸਾਡੇ ਕੋਲ ਡਾਕੂਮੈਂਟੇਸ਼ਨ ਹੋ ਜੇ। ਇਸ ਬਾਦਲ ਸਾਹਿਬ ਨੂੰ ਚਾਹੀਦਾ ਵੀ ਆਪਣਾ ਜਿਸ ਤਰ੍ਹਾਂ ਹੁਣ ਉਹ ਕਾਫੀ ਬਜ਼ੁਰਗ ਹੋ ਗਏ ਨੇ, ਉਹ ਸਾਰਾ ਕੁਛ ਕੀ ਹੋਇਆ 84 ਤੋਂ ਪਹਿਲਾਂ, ਕੀ ਕੀ ਸਰਕਾਰ ਨਾਲ ਗੱਲਬਾਤ ਹੋਈ, ਕਿਹਨੇ ਅੜਿੱਕਾ ਪਾਇਆ, ਸਰਕਾਰ ਕੀ ਚਾਹੁੰਦੀ ਸੀ, ਅਕਾਲੀ ਦਲ ਕੀ ਚਾਹੁੰਦਾ ਸੀ, ਫਿਰ ਉਹ ਉਸ ਹਮਲੇ ਬਾਰੇ ਕਿਸ ਤਰ੍ਹਾਂ ਦੇ, ਮਤਲਬ ਕਿ ਉਹ ਸਾਰਾ ਕੁਛ ਜਿਹੜਾ ਸੱਚੋ ਸੱਚ ਦੱਸ ਦਿਓ, ਚਾਹੇ ਗਲਤੀਆਂ ਵੀ ਹੋਣ ਕਿਸੇ ਦੀਆਂ, ਅਸੀਂ ਸਮਝਦੇ ਵੀ ਤਾਂ ਇਹ ਧੁੰਦ ਆ ਜਿਹੜੀ ਸਾਫ਼ ਹੋ ਸਕਦੀ ਹੈਗੀ। ਬਿਲਕੁਲ ਜੀ, ਔਰ ਜਿਹੜਾ ਮੁੱਦਾ ਹੈ ਕਾਫ਼ੀ ਕਹੀ ਕਿ ਗੰਭੀਰ ਹੈਗਾ, ਸਿੱਖ ਜਿਹੜੇ ਹਿਰਦੇ ਨੇ ਉਹਦੇ ਨਾਲ ਜੁੜੇ ਹੋਏ ਨੇ, ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸਨ, ਬਹੁਤ ਸਾਰੇ ਹਸਲੇਖੇ ਸਰੂਪ ਸਨ, ਔਰ ਈਵਨ ਕਿ ਆਪਾਂ ਦੇਖ ਰਹੇ ਸੀ ਜਥੇਦਾਰ ਵਿਦਾਂਤੀ ਹੋਣਾਂ ਦੀ ਇੰਟਰਵਿਊ ਦੇਖ ਰਹੇ ਸੀ, ਉਹਨਾਂ ਨੇ ਕਿਹਾ ਕਿ ਉਸ ਟਾਈਮ 400 ਦੇ ਲਗਭਗ ਜਿਹੜਾ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੀ, ਪਰ ਉਹਨਾਂ 'ਚੋਂ ਵਾਪਸ ਕੋਈ ਨਹੀਂ ਆਇਆ। ਇਹ ਗੱਲ 'ਤੇ ਵੀ ਉਹ ਕਹਿੰਦੇ ਨੇ ਕਿ ਜਦੋਂ ਜਥੇਦਾਰ ਸਨ ਵਾਪਸ ਕੁਛ ਨਹੀਂ ਆਇਆ, ਅਤੇ ਇਹਨੂੰ ਤੁਸੀਂ ਫਿਰ ਕਿੱਦਾਂ ਲੈਂਦੇ? ਹਾਂਜੀ, ਫਿਰ ਇਹ ਤਾਂ ਮੁੱਦਾ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਉਠਾਇਆ, ਅਸੀਂ ਸਮਝਦੇ ਵੀ ਜੈਨੂਅਨ ਹੋ ਸਕਦਾ, ਹੈ ਨਾ। ਹੁਣ ਜੇ 400 ਸਰੂਪ ਵਿਦਾਂਤੀ ਸਾਹਿਬ ਦੀ, ਚਲੋ ਐਜ਼ ਏ ਜਥੇਦਾਰ ਜਾਂ ਰਾਜਨੀਤਿਕ ਪਹੁੰਚ ਬਾਰੇ ਸਾਡੇ ਕੋਈ ਕੌਨਫਲਿਕਟ ਹੋ ਸਕਦੇ ਆ, ਪਰ ਗੁਰੂ ਗ੍ਰੰਥ ਸਾਹਿਬ ਬਾਰੇ ਜਾਂ ਗੁਰਬਾਣੀ ਬਾਰੇ ਜਿੰਨੀ ਉਹਨਾਂ ਦੀ ਵਿਦਵਤਾ ਹੈਗੀ ਆ, ਜਾਣੀ ਉਹ ਅਸੀਂ ਸਮਝਦੇ ਹਾਂ ਵੀ ਇੱਕ ਅਥਾਰਟੀ ਆ, ਜਿਹੜੀਆਂ ਪੁਰਾਤਨ ਹੱਥ ਲਿਖਤ ਬੀੜਾਂ ਬਾਰੇ ਜਥੇਦਾਰ ਵਿਦਾਂਤੀ ਤੋਂ ਵੱਧ ਕੋਈ ਗਿਆਤਾ ਨਹੀਂ, ਔਰ ਉਹ ਅੱਗ ਲੱਗਣ ਵਾਲੇ ਮਸਲੇ ਨੂੰ ਵੀ ਡਿਨਾਈ ਕਰਦੇ ਹੈਗੇ। ਹਾਂ, ਮਤਲਬ ਇਹ ਪਤਾ ਨਹੀਂ ਮੈਨੂੰ ਵੀ ਉਹ ਕਿਸ ਲੈਵਲ 'ਤੇ ਇਹ ਕਰਦੇ ਹੈਗੇ ਆ, ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਾਰੇ ਔਰ ਹੱਥ ਲਿਖਤ ਬੀੜ ਬਾਰੇ ਜਿੰਨੀ ਡੂੰਘੀ ਰਿਸਰਚ ਜਥੇਦਾਰ ਵਿਦਾਂਤੀ ਦੀ ਆ, ਉਨੀ ਕਿਸੇ ਦੀ ਨਹੀਂ ਹੈਗੀ। ਉਹ ਕਹਿੰਦੇ ਵੀ ਦੂਰ ਪਏ ਬੀੜ ਨੂੰ ਦੇਖ ਕੇ ਦੱਸ ਦਿੰਦੇ ਵੀ ਇਹ ਇੰਨੇ ਸੰਨ ਦੀ ਹੋ ਸਕਦੀ ਹੈਗੀ ਆ। ਸੇ ਜੇ ਜਥੇਦਾਰ ਵਿਦਾਂਤੀ ਕਹਿ ਰਹੇ ਨੇ ਵੀ 400 ਸਰੂਪ ਸੀਗਾ, ਇਹਦਾ ਮਤਲਬ ਉਹ ਪਹਿਲਾਂ ਇਨਵੋਲਵਡ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਕਰਕੇ ਉਹਨਾਂ ਦਾ ਰਿਸਰਚ ਪ੍ਰੋਜੈਕਟ ਵਿੱਚ ਹਿੱਸਾ ਰਿਹਾ ਹੈਗਾ, ਉਹਨਾਂ ਨੂੰ ਗੁਰੂ ਸਾਹਿਬ ਦੀਆਂ ਬੀੜਾਂ ਬਾਰੇ ਅਤੇ ਖਰੜਿਆਂ ਬਾਰੇ ਬਹੁਤ ਕੁਛ ਪਤਾ, ਅਤੇ ਉਹਨਾਂ ਦੇ ਐਕਸਪਰਟਾਈਜ਼ ਦਾ ਸ਼੍ਰੋਮਣੀ ਕਮੇਟੀ ਨੂੰ ਹੁਣ ਹਲੇ ਲਾਹਾ ਲੈ ਲੈਣਾ ਚਾਹੀਦਾ, ਤਾਂ ਕਿ ਉਹ ਦੱਸਣ ਵੀ ਕਿੰਨੇ ਸਰੂਪ ਸੀਗੇ ਔਰ ਕਿਹੜਾ ਕਿਹੜਾ ਸਰੂਪ ਕਿਹੜੇ ਕਿਹੜੇ ਸੰਨ ਦਾ ਸੀਗਾ ਔਰ ਕਿਹੜੇ ਕਿਹੜੇ ਗੁਰੂ ਸਾਹਿਬ ਦੇ ਦਸਤਖਤ ਆ, ਕੀ ਕੁਛ ਸੀਗਾ ਉਹ ਦੱਸ ਸਕਦੇ ਹੈਗੇ ਆ। ਸੋ ਅਸੀਂ ਸਮਝਦੇ ਵੀ ਵਿਦਾਂਤੀ ਸਾਹਿਬ ਇੱਕ ਵੱਡੇ ਅਸੈਟ ਹੈਗੇ ਆ ਸਿੱਖਾਂ ਲਈ, ਉਹਨਾਂ ਤੋਂ ਜਾਣਕਾਰੀ ਲੈ ਕੇ। ਵੈਸੇ ਸ਼੍ਰੋਮਣੀ ਕਮੇਟੀ ਨੇ ਸਰਗਰਮੀ ਕੀਤੀ ਹੈ ਨਾ ਖਬਰਾਂ ਤੋਂ ਬਾਅਦ, ਜਿਹੜੇ 35 ਸਾਲ ਤੱਕ ਹੁਣ ਤੱਕ ਲੋਕ ਉੱਥੇ ਇਨਵੋਲਵਡ ਰਹੇ ਨੇ ਜਾਂ 35 ਸਾਲ ਪਹਿਲਾਂ ਤੱਕ, ਉਹਨਾਂ ਦੀ ਕਮੇਟੀ ਬਣ ਰਹੀ ਆ, ਅਤੇ ਜੇ ਸ਼੍ਰੋਮਣੀ ਕਮੇਟੀ ਸੁਹਿਰਦ ਆ ਇਸ ਮਾਮਲੇ 'ਤੇ, ਤਾਂ ਅਸੀਂ ਸਮਝਦੇ ਹਾਂ ਵੀ ਇਹ ਸਵਾਗਤਯੋਗ ਕਦਮ ਹੈਗਾ ਅਤੇ ਜਿਸ ਤਰ੍ਹਾਂ ਵਿਦਾਂਤੀ ਦੀਆਂ ਸੇਵਾਵਾਂ ਜ਼ਰੂਰ ਲੈਣੀਆਂ ਚਾਹੀਦੀਆਂ ਇਸ ਮਾਮਲੇ। ਬਿਲਕੁਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।